ਬਰਨਾਲਾ ਦੇ ਡੇਰਾ ਰੋਡ ਦੇ ਉੱਪਰ ਸਥਿਤ ਮਨਿਆਰੀ ਦੁਕਾਨ ਤੋਂ ਦੋ ਲੁਟੇਰਿਆਂ ਵੱਲੋਂ ਰਿਵਾਲਵਰ ਦਿਖਾ ਕੇ ਇੱਕ ਦੁਕਾਨਦਾਰ ਦੇ ਕੋਲੋਂ ਬੁਲਟ ਮੋਟਰਸਾਈਕਲ ਖੋਹ ਕੇ ਭੱਜਣ ਤੋਂ ਬਾਅਦ ਉਸ ਦਾ ਜਦ ਪਿੱਛਾ ਕੀਤਾ ਗਿਆ ਤਾਂ ਲੋਕਾਂ ਨੇ ਲੁਟੇਰਿਆਂ ਨੂੰ ਕਾਬੂ ਕਰਕੇ ਬਾਅਦ ਵਿੱਚ ਪੁਲਿਸ ਦੇ ਹਵਾਲੇ ਕਰ ਦਿੱਤਾ। ਲੁਟੇਰਿਆਂ ਨੂੰ ਕਾਬੂ ਕਰਨ ਸਮੇਂ ਦੀ ਵੀਡੀਓ ਵੀ ਵਾਇਰਲ ਹੋ ਰਹੀ ਹੈ। ਪੁਲਿਸ ਵੱਲੋਂ ਫੜੇ ਗਏ ਲੁਟੇਰੇ ਖਿਲਾਫ ਕਾਨੂੰਨੀ ਕਾਰਵਾਈ ਆਰੰਭ ਦਿੱਤੀ ਗਈ ਹੈ। ਇਸ ਸਾਰੇ ਮਾਮਲੇ ਸੰਬੰਧੀ ਪੀੜਤ ਦੁਕਾਨਦਾਰ ਚੇਤਨ ਡੋਗਰਾ ਤੇ ਉਸਦੇ ਪਿਤਾ ਨੇ ਜਾਣਕਾਰੀ ਦਿੱਤੀ ਹੈ। SHO ਕੁਲਵੰਤ ਸਿੰਘ ਨੇ ਕਿਹਾ ਹੈ ਕਿ ਫੜੇ ਗਏ ਵਿਅਕਤੀ ਖਿਲਾਫ ਕਾਨੂੰਨੀ ਕਾਰਵਾਈ ਆਰੰਭ ਦਿੱਤੀ ਗਈ ਹੈ। ਮੈਂ ਦੁਕਾਨ ਤੇ ਬੈਠਾ, ਆਪਣੀ ਜਿਹੜਾ ਉੱਤੇ ਦੁਕਾਨ ਹੈ ਮੇਰੀ ਭਾਰਤ ਕੋਸਮੈਟਿਕ ਜਨਰਲ ਸਟੋਰ, ਉੱਥੇ ਬੈਠਾ ਤੇ ਦੋ ਜਣੇ ਅੰਦਰ ਆਏ ਨੇ। ਪਹਿਲਾਂ ਦਰਵਾਜ਼ਾ ਬੰਦ ਕੀਤਾ, ਮੈਨੂੰ ਲੱਗਿਆ ਜਿਹਾ ਸਮਾਨ ਲੈਣ ਆਏ ਨੇ ਤੇ ਮੈਨੂੰ ਆ ਕਹਿੰਦੇ ਬੁਲਟ ਦੀ ਚਾਬੀ ਦੇ ਤੇ ਮੈਂ ਅੱਗੋਂ ਧੱਕਾ ਮਾਰਤਾ ਇਹਨਾਂ ਨੂੰ। ਇਹਨਾਂ ਪਿਸਟਲ ਕੱਢਿਆ ਮੇਰੇ ਸਿਰ 'ਤੇ ਰੱਖਿਆ, ਮੈਨੂੰ ਉਹਦੇ ਇੱਥੇ ਬਹਿਣੇ ਅਤੇ ਗੋਲੀ ਮਾਰ ਦੇਣੀ ਹੈ। ਮੈਂ ਫਿਰ ਬੇਸ ਗਾਰਡ ਫੜਿਆ, ਮੈਂ ਇਹਨਾਂ ਦਾ ਮਾਰਨ ਲੱਗਾ ਹਾਂ ਅਤੇ ਇਹਨਾਂ ਲੱਗੋ ਮੈਨੂੰ ਫਿਰ ਧੱਕਾ ਮਾਰਿਆ, ਥੱਲੇ ਸੁੱਟਤਾ ਨਾਲ ਹੀ ਅਤੇ ਮੋਟਰਸਾਈਕਲ ਲੈ ਕੇ ਚੱਲ ਗਏ ਬਾਹਰ। 5-7 ਮਿੰਟ ਲੱਗੇ ਉਹਨਾਂ ਸਟਾਰਟ ਕਰਨ 'ਤੇ, ਪਰ ਹੋਇਆ ਨਹੀਂ। ਫਿਰ ਅੱਗੇ ਬਾਈਪਾਸ ਅਸੀਂ ਗਏ ਮਗਰ ਤੱਕ ਇਹਨਾਂ ਦੇ ਅਤੇ ਉੱਥੇ ਅੱਗੋਂ ਜਾ ਕੇ ਉਹਨੂੰ ਫੜੇ। ਪਹਿਲਾਂ ਵੇਖਿਆ ਸੀ ਵੀ ਫੜੇ ਨੇ, ਉੱਥੇ ਇਕੱਲਾ ਜਾਣਾ ਸੀ, ਮੋਟਰਸਾਈਕਲ ਵੱਜਾ ਇਹਨਾਂ ਕੋਲੋਂ ਅਤੇ ਉੱਥੇ ਫਿਰ ਅਸੀਂ 4-5 ਜਣੇ ਗਏ ਅਤੇ ਅਸੀਂ ਉੱਥੇ ਜਾ ਕੇ ਫੜਿਆ ਇਹਨਾਂ ਨੂੰ ਮੌਕੇ 'ਤੇ। ਵੇਖਿਆ ਕਿਸੇ ਹੋਰ ਨੇ ਸੀਗੇ ਉੱਥੇ ਮੋਟਰਸਾਈਕਲ? ਪਿਸਟਲ ਇੰਪੋਰਟੈਂਟ ਲੱਗਣ ਦਿਆ ਸੀਗਾ, ਪਿਸਟਲ ਇੰਪੋਰਟੈਂਟ ਲੱਗਣ ਦੀ, ਕੋਈ ਸਿਲਵਰ ਕਲਰ ਦੀ ਸੀ, ਉਹ ਅਸੀਂ ਪੁਲਿਸ ਨੂੰ ਦੇਤੀ ਫੜ ਕੇ। ਅਸਲੀ ਕਿਹੜਾ ਪੁਲਿਸ? ਅਸਲੀ ਸੀਗੀ। ਹਾਂ, ਕੰਪਲੇਂਟ ਕਾਈ ਸੀ ਕਿ ਚੇਤਨ ਨਾਂ ਦਾ ਲੜਕਾ, ਉਹਦੀ ਜਨਰਲ ਸਟੋਰ ਹੈ ਅਲੀਆ ਰੋਡ 'ਤੇ, ਡੇਰਾ ਰੋਡ 'ਤੇ ਫਟਕ ਦੇ ਨਜ਼ਦੀਕ, ਅਤੇ ਉਸ ਤੋਂ ਅਜੇ ਦੋ ਜਾਣੇ ਅਤੇ ਉਹਨੂੰ ਪਿਸਤੌਲ ਲੋਕ ਅਤੇ ਮੋਟਰਸਾਈਕਲ ਖੋਹ ਕੇ ਲੈ ਗਏ ਉਹਦੇ ਕੋਲੋਂ ਬੁਲਟ ਮੋਟਰਸਾਈਕਲ, ਅਤੇ ਉਹ ਫਿਰ ਅਸੀਂ ਆਪਣੇ ਫੌਰੀ ਕਾਰਵਾਈ ਕਰਦੇ ਹਾਂ, ਉਹਨੂੰ ਫੜ ਲਿਆ, ਬੁਲਟ ਮੋਟਰਸਾਈਕਲ ਬਰਾਮਦ ਹੋ ਗਿਆ, ਇੱਕ ਲੜਕਾ ਫੜ ਲਿਆ ਅਤੇ ਇੱਕ ਬੱਚਾ। ਕਿੰਨੇ ਸਮੇਂ ਫੜਿਆ ਗਿਆ? ਇਹ ਬਸ ਵਿਦ ਇਨ ਕੱਲ੍ਹ ਅੱਧੇ ਪੌਣੇ ਘੰਟੇ 'ਚ। ਹਾਂ, ਉਹਦੀ ਸਟੇਟਮੈਂਟ ਰਿਕਾਰਡ ਹੋ ਰਹੀ ਹੈ, ਜੋ ਵੀ ਉਹਦੀ ਸਟੇਟਮੈਂਟ ਹੁੰਦਾ ਉਹਦੇ ਆਧਾਰ 'ਤੇ। ਬਟਾਲਾ ਤੋਂ ਸਿਮਰਨਜੀਤ ਸਿੰਘ ਦੀ ਰਿਪੋਰਟ, ਪੰਜਾਬ ਟੂਡੇ।